ਬਿਲਕੁਲ ਠੀਕ ਹੈ ਤੁਹਾਡੀ ਗੱਲ, ਲੇਕਿਨ ਹੁਣ ਕਿਉਂਕਿ ਡਿਸਕਸ਼ਨ ਨੂੰ ਵਾਈਂਡ ਅਪ ਕਰਨ ਦਾ ਸਮਾਂ ਹੈ, ਅਸੀਜਾ ਜੀ ਥੋੜ੍ਹਾ ਤੋਂ ਸ਼ੁਰੂ ਕਰਾਂਗਾ। ਐਟ ਦ ਐਂਡ ਆਫ ਦਾ ਡੇ ਤੁਸੀਂ ਕੀ ਸਮਝਦੇ ਇਸ ਕਿਸਮ ਦੀ ਅਵੇਅਰਨੈਸ ਆਉਣ ਵਿੱਚ ਹਲੇ ਕਿੰਨੇ ਸਾਲ ਹੋਰ ਲੱਗਣਗੇ, ਮੈਨੂੰ ਜਦੋਂ ਅਥਾਰਟੀ ਸਮਝਣਾ ਸ਼ੁਰੂ ਕਰਨਗੀਆਂ ਜਾਂ ਇਹ ਚੀਜ਼ ਦੀ ਮਹੱਤਤਾ ਸਰਕਾਰਾਂ ਨੂੰ ਸਮਝ ਆਏਗੀ ਵੀ ਇਹਦੇ ਲਈ ਜ਼ਿੰਮੇਵਾਰੀਆਂ ਉਹਨਾਂ ਅਫਸਰਾਂ ਦੀਆਂ, ਉਹਨਾਂ ਅਧਿਕਾਰੀਆਂ ਦੀਆਂ ਜਾਂ ਪੋਜੀਸ਼ਨ ਦੇ ਉੱਤੇ ਬੈਠੇ ਉਹਨਾਂ ਲੋਕਾਂ ਦੀ ਵੀ ਤੈਅ ਕੀਤੀ ਜਾ ਰਹੀ ਹੈ। ਸਿਰਫ ਇੱਕ ਗਾਂ ਜਾਂ ਮੱਝ ਜਿਹਦੇ ਨਾਲ ਟਕਰਾ ਕੇ ਇੱਕ ਵਹੀਕਲ ਆਦਮੀ ਦੀ ਮੌਤ ਹੋ ਜਾਂਦੀ ਹੈ, ਸਿਰਫ ਉੱਥੇ ਨਹੀਂ ਇਸ਼ੂ ਨੂੰ ਛੱਡਿਆ ਜਾ ਸਕਦਾ। ਮੀਡੀਆ ਦਾ ਇੱਕ ਬਹੁਤ ਵੱਡਾ ਇਹਦੇ ਵਿੱਚ ਰੋਲ ਰਹੇਗਾ, ਔਰ ਜੋ ਸਿਵਲ ਸੁਸਾਇਟੀ ਐਕਟਿਵਿਜ਼ਮ ਹੈ ਉਹ ਬਹੁਤ ਜ਼ਰੂਰੀ ਹੈ, ਬਿਕੋਜ਼ ਰੋਡ ਸੇਫਟੀ ਦੇ ਨਾਲ ਰਿਲੇਟਡ ਬਹੁਤ ਹੀ ਘੱਟ ਹੋਇਆ, ਔਰ ਜੋ ਉਹਨਾਂ ਦੀ ਰਿਸਪੋਂਸਿਬਿਲਟੀ ਹੈ, ਡਿਫਰੈਂਟ ਏਜੰਸੀਜ਼ ਨੇ ਲਾਇਸੈਂਸ ਕੋਈ ਹੋਰ ਦੇ ਰਿਹਾ, ਇਨਫੋਰਸਮੈਂਟ ਕੋਈ ਹੋਰ ਕਰ ਰਿਹਾ, ਸੜਕਾਂ ਕੋਈ ਹੋਰ ਬਣਾ ਰਿਹਾ, ਔਰ ਦੇਰ ਇਜ਼ ਨੋ ਕੋਆਰਡੀਨੇਸ਼ਨ ਬਿਟਵੀਨ ਆਲ ਦ ਏਜੰਸੀਜ਼। ਉੱਥੇ ਬਹੁਤ ਵੱਡਾ ਲੈਕਿੰਗ ਹੋ ਜਾਂਦਾ ਕਿ ਕੋਈ ਕਿਸੇ ਦੀ ਰਿਸਪੋਂਸਿਬਿਲਟੀ ਫਿਕਸ ਕਿੰਨੀ ਕਰੀਏ। ਉਹ ਤਦ ਹੀ ਹੋਏਗਾ ਕਿ ਜਦੋਂ ਇੱਕ ਆਪਣੀ ਸੁਸਾਇਟੀ ਵੱਲੋਂ ਵੀ ਪੈਰਲਲ ਡਿਮਾਂਡ ਆਏਗੀ, ਔਰ ਉਹਦੇ ਵਿੱਚ ਮੀਡੀਆ ਨੇ ਬਹੁਤ ਜ਼ਿਆਦਾ ਰੋਲ, ਔਰ ਅੱਜ ਦਾ ਅਗਰ ਸ਼ੋਅ ਹੈ ਮੀਡੀਆ ਦਾ ਰੋਲ ਬਹੁਤ ਇੱਕ ਜਰਾ ਸੁਪਰਫੀਸ਼ੀਅਲ ਲੈਵਲ ਤੇ ਟੂ ਦ ਐਕਸਟੈਂਟ ਕਿ ਲੋਕਾਂ ਨੂੰ ਤਾਂ ਤੁਸੀਂ ਜਿਵੇਂ ਕਹਿੰਦੇ ਲੋਕਾਂ ਦੇ ਅਵੇਅਰਨੈਸ ਹੈ, ਆਪਣੀ ਨਵੀਂ ਕਾਰ ਖਰੀਦਣ ਤੋਂ ਬਾਅਦ ਜਾਂ ਨਵਾਂ ਸਕੂਟਰ ਖਰੀਦਣ ਤੋਂ ਬਾਅਦ ਅਸੀਂ ਸਿੱਧਾ ਮੰਦਰ ਜਾਂਦੇ ਹਾਂ, ਬਿਲਕੁਲ ਜਾਂਦੇ, ਉੱਥੇ ਪੂਜਾ ਅਰਚਨਾ ਜਾਂ ਗੁਰਦੁਆਰਾ, ਸੇਫਟੀ ਦੀ ਅਵੇਅਰਨੈਸ ਹੈ ਉਹਨਾਂ ਕੋਲ। ਜੀ ਜੀ, ਹਰ ਆਦਮੀ ਚਾਹੁੰਦਾ ਵੀ ਮੇਰੀ ਗੱਡੀ ਸੇਫ ਰਹੇ, ਲੇਕਿਨ ਉਹਨੂੰ ਸੇਫ ਖੁਦ ਕਿਵੇਂ ਸੜਕ ਤੇ ਸੇਫ, ਲੇਕਿਨ ਉਹਨੂੰ ਹੈਬਿਟਸ 'ਚ ਟ੍ਰਾਂਸਲੇਟ। ਸੇਮ ਬੰਦਾ ਇੱਥੇ ਤੁਸੀਂ ਜਿਸ ਡਰਾਈ ਚਲੋ, ਉਹਨਾਂ ਨੂੰ ਯੂਰਪ ਔਰ ਅਮਰੀਕਾ ਭੇਜ ਦੋ, ਉੱਥੇ ਜਾ ਕੇ ਰੂਲ ਫਾਲੋ ਕਰ ਲੈਂਦਾ। ਜੈਨੇਟਿਕਲੀ ਮਿਟ ਸੀਨ ਕਿ ਸਾਨੂੰ ਸਾਡਾ ਜਿਹੜਾ ਸਟਰਕਚਰ ਹੈ ਜਿਹੜਾ ਉਹ ਕਾਫੀ ਗਵਰਨ ਕਰ ਰਿਹਾ ਸਾਡੇ ਬਿਹੇਵੀਅਰ ਨੂੰ, ਤਾਂ ਅਸੀਂ ਸਟਰਕਚਰ ਇਨ ਪਲੇਸ ਕਰ ਦਿੱਤਾ ਜਦੋਂ ਲੁਕਿੰਗ ਇਨ ਟੂ ਅਵਰ ਲੋਕਲ ਨੀਡਸ, ਕਾਪੀ ਨਹੀਂ ਕਰਨਾ ਸੀ ਅਮਰੀਕਾ ਔਰ ਯੂਰਪ ਤੋਂ। ਯੂਰਪ 'ਚ ਸਰ ਕਹਿ ਰਹੇ ਜਿਸ ਤਰ੍ਹਾਂ ਸੜਕਾਂ ਵਾਈਡ ਕਰ ਰਹੇ, ਉਹਨਾਂ ਨੇ ਸੜਕਾਂ ਨੈਰੋ ਕਰਨੀਆਂ ਸ਼ੁਰੂ ਕਰ ਦਿੱਤੀਆਂ। ਨਾਰਥ ਕੋਰੀਆ 'ਚ ਉਹਨਾਂ ਨੇ ਫਲਾਈਓਵਰ ਡਿਸਮੈਂਟਲ ਕਰਨੇ ਸ਼ੁਰੂ ਕਰ ਦਿੱਤੇ ਨੇ ਆਪਣੀ ਸਿਟੀ ਦੇ, ਰਿਲਾਈਜ਼ ਕਿ ਸਾਡੀ ਤਾਂ ਸਿਟੀ ਦੀ ਲਾਈਫ ਹੀ ਖਤਮ ਹੋ ਗਈ ਹੈ ਇੱਥੇ, ਇੱਕ ਬਲੈਕ ਸਪੌਟ ਦੀ ਜਗ੍ਹਾ ਸੀ ਦੋ ਬਲੈਕ ਸਪੌਟ ਬਣਾਤੇ ਨੇ, ਇੱਥੋਂ ਖਤਮ ਕੀਤਾ ਤੇ ਦੋ ਹੋਰ ਬਣ ਗਏ। ਸੋ ਦੇਅਰ ਕਾਸਟ ਹੈ, ਇਹਨਾਂ ਡਿਵੈਲਪਮੈਂਟ ਦੀ ਆਪਣੀ ਕਾਸਟ ਹੈ। ਹਾਂਜੀ, ਲੇਕਿਨ ਡਿਵੈਲਪਮੈਂਟ ਮਸਟ ਹੈ, ਲੇਕਿਨ ਉਹਦੇ 'ਚ ਆਪਾਂ ਇਗਨੋਰ ਨਹੀਂ ਕਰ ਸਕਦੇ। ਮੈਂ ਕਹਿੰਦਾ ਕਿ ਇੱਕ ਵੀ ਆਦਮੀ ਨਹੀਂ ਮਰਨਾ ਚਾਹੀਦਾ ਜੋ ਅਸੀਂ ਸੜਕ ਚਲਾਉਂਦੇ ਹੋਏ ਕੰਟੀਨਿਊਟੀ ਦੀ ਫਾਲੋ ਕਰਦੇ ਹਾਂ। ਅਗਰ ਮੰਨ ਲਓ ਮੈਂ ਕੰਸਟਰਕਸ਼ਨ ਕਰਨ ਜਾ ਰਿਹਾ ਤਾਂ ਮੈਂ ਇੱਕ ਡਰਾਈਵਰ ਨੂੰ ਐਡਵਾਂਸ ਅਲਰਟ ਦੇਣਾ ਮੇਰਾ ਫਰਜ਼ ਬਣਦਾ ਹੈ, ਔਰ ਉਹਦੇ ਵਾਸਤੇ ਕੰਸਰਨ ਏਜੰਸੀਜ਼ ਰਿਸਪੋਂਸਿਬਲ ਹੋਣ। ਮੈਨੂੰ ਪਤਾ ਮੈਂ ਸੜਕ ਸਿੱਧੀ ਜਾ ਰਹੀ ਹੈ, ਮੈਨੂੰ ਜਦੋਂ ਤੁਸੀਂ ਮੋੜਨਾ ਤਾਂ ਮੈਨੂੰ ਪਹਿਲਾਂ ਸਾਈਨ ਜਾਂ ਵਾਰਨਿੰਗ ਇੱਕ ਯੂਜ਼ਰ ਨੂੰ ਦਿਓ, ਅਦਰਵਾਈਜ਼ ਮੈਂ ਤਾਂ ਸਿੱਧਾ ਹੀ ਡਰਾਈਵ ਕਰਕੇ ਲੈ ਜਾਵਾਂਗਾ। ਜੀ ਸਿੱਧੂ ਸਾਹਿਬ, ਤੁਹਾਡੇ ਵੱਲੋਂ ਐਨੀ ਨਗੇਟ ਆਫ ਵਿਜ਼ਡਮ ਦੈਟ ਵੁੱਡ ਲਾਈਕ ਟੂ ਗਿਵਨ ਦਾ ਫੈਕਟ ਤੁਸੀਂ ਖੁਦ ਭੁਗਤ ਪਊਗੇ, ਅੱਜ ਤੁਸੀਂ ਇੱਕ ਐਕਟਿਵਿਸਟ ਹੋ, ਸਰਕਾਰਾਂ ਨੂੰ ਹੋਰ ਥੋੜ੍ਹਾ ਜਿਹਾ ਸੋਲਿਡਲੀ ਇਸ਼ੂ ਨੂੰ ਟੇਕ ਅਪ ਕਰਨਾ ਪਏਗਾ। ਹਾਂਜੀ, ਇੰਸਟੀਟਿਊਸ਼ਨਸ ਜਾਂ ਆਰਗੇਨਾਈਜੇਸ਼ਨ ਜਾਂ ਇੱਕ ਆਰਗੇਨਾਈਜੇਸ਼ਨ ਸੈਟਅਪ ਕ੍ਰੀਏਟ ਹੋ ਗਿਆ ਹੈਗਾ, ਹੁਣ ਔਨ ਗਰਾਊਂਡ ਕੰਮ ਦਿਸਣਾ ਚਾਹੀਦਾ। ਔਨ ਗਰਾਊਂਡ ਕੰਮ ਦੇ ਵਿੱਚ ਜੇ ਹੁਣ ਸਪੋਜ਼ ਕਿ ਕੋਈ ਇੱਦਾਂ ਦਾ ਹਾਦਸਾ ਹੁੰਦਾ ਹੈ ਤੇ ਜੇ ਕੋਈ ਇੰਜੀਨੀਅਰਿੰਗ ਡਿਪਾਰਟਮੈਂਟ ਦਾ ਬੰਦਾ ਹੈ, ਬਾਏ ਨੇਮ ਦੈਟ ਪਰਸਨ ਸ਼ੁੱਡ ਬੀ ਇਨਕਲੂਡਿਡ ਇਨ ਦੀ ਐਫ ਆਈ ਆਰ, ਤੇ ਉਹਨੂੰ ਇਹ ਪਤਾ ਤਾਂ ਲੱਗੇ ਕਿ ਵੀ ਹਾਂ ਜਿਹੜਾ ਮੇਰਾ ਰੋਲ ਹੈ ਇਹ ਵੀ ਅੰਡਰ ਕਿਸੇ ਕਿਸਮ ਦੀ ਸਰਵੇਲੈਂਸ ਤੇ ਹੈ, ਉਹ ਹੋਣਾ ਜ਼ਰੂਰੀ ਹੈ। ਬਾਕੀ ਜਿੱਦਾਂ ਸੋਈ ਸਾਹਿਬ ਕਹਿ ਰਹੇ ਸੀਗੇ ਇੱਕ ਬੰਦੇ ਦੀ ਆਪਣੀ ਇੱਥੇ ਕੀਮਤ 1 ਕਰੋੜ ਦੀ ਹੈ, ਉਹ ਨਹੀਂ ਹੈ, ਕਿਉਂਕਿ ਮੈਂ ਆਪਣੀ ਤੁਹਾਨੂੰ ਐਗਜ਼ਾਮਪਲ ਦੱਸਦਾ। ਜੇ ਮੇਰਾ ਕੋਰਟ ਕੇਸ ਚੱਲਦਾ ਸੀ, ਉਹ ਕਹਿੰਦੇ ਸੀ ਜੇ ਬੰਦੇ ਦੀ ਡੈਥ ਹੋ ਜਾਵੇ ਤਾਂ ਉਹਨੂੰ ਮੈਕਸੀਮਮ 4 ਲੱਖ ਰੁਪਏ ਕਲੇਮ ਮਿਲਦਾ, ਜੇ ਨਹੀਂ ਹੋਈ ਤਾਂ ਉਹ ਤੋਂ ਘੱਟ ਮਿਲੇਗਾ। ਸੋ ਆਪਣੀ ਜਿਹੜੀ ਹਰੇਕ ਲੈਵਲ 'ਤੇ ਜੇ ਦੇਖਿਆ ਜਾਵੇ ਸਰਕਾਰੀ ਲੈਵਲ 'ਤੇ ਤਾਂ ਇਸ ਚੀਜ਼ ਦੀ ਹਲੇ ਵੈਲਿਊ ਨਹੀਂ ਪਾਈ ਜਾ ਰਹੀ। ਤੁਸੀਂ ਕਹਿ ਲਓ ਕਿ ਸਪਲਾਈ ਐਂਡ ਡਿਮਾਂਡ ਆਫ ਹਿਊਮਨ ਰਿਸੋਰਸ ਇਨ ਇੰਡੀਆ ਇਜ਼ ਸੋ ਕਿ ਆਪਾਂ ਨੂੰ ਹਿਊਮਨ ਵੈਲਿਊ ਹਲੇ ਇੰਨੀ ਹੈ ਨਹੀਂ ਹੈ ਨਹੀਂ ਹੈ। ਸੋਈ ਸਾਹਿਬ, ਜਾਂਦੇ ਜਾਂਦੇ ਤੁਸੀਂ ਵੀ ਕੁਝ ਸ਼ੇਅਰ ਕਰੋ ਵੀ ਵੇਅਰ ਡੂ ਯੂ ਥਿੰਕ ਦੈਟ ਦ ਗਵਰਨਮੈਂਟ ਕਮਿਟਮੈਂਟ ਆਫ ਦ ਗਵਰਨਮੈਂਟ ਲਾਈਜ਼। ਤੁਸੀਂ ਰੋਡ ਸੇਫਟੀ ਕਾਉਂਸਲ ਦੇ ਵਾਈਸ ਚੇਅਰਮੈਨ ਹੋ ਪੰਜਾਬ ਦੇ ਵਿੱਚ, ਲੇਕਿਨ ਇਹ ਕਾਉਂਸਲਸ ਕਿੰਨੀ ਕੁ ਇਫੈਕਟਿਵ ਆਉਣ ਵਾਲੇ ਸਾਲਾਂ 'ਚ ਹੋਣ ਵਾਲੀਆਂ ਹੈਗੀਆਂ ਨੇ? ਤੋ ਵਾਈਂਡ ਅਪ ਐਂਬੂਲੈਂਸਿਸ ਖਰੀਦਣ ਤੇ ਹੀ ਗੱਲ ਹੈਗੀ, ਉਹ ਤਾਂ ਹੈਲਥ ਮਹਿਕਮੇ ਵੀ ਖਰੀਦ ਸਕਦੇ। ਦੇਖੋ, ਇਸ ਤਰ੍ਹਾਂ ਹੈ ਕਿ ਇਹਦੇ ਵਿੱਚ ਕੰਕਲੂਡਿੰਗ ਪਾਰਟ 'ਚ ਮੈਂ ਕਹਿਣਾ ਚਾਹਾਂਗਾ ਕਿ ਜਿੰਨੇ ਵੀ ਸਟੇਕ ਹੋਲਡਰਸ ਨੇ, ਜਿੰਨੇ ਵੀ ਬੰਦੇ ਹੈਗੇ ਨੇ, ਸਾਰਿਆਂ ਦੀ ਅਕਾਊਂਟੇਬਿਲਿਟੀ ਫਿਕਸ ਹੋਣੀ ਚਾਹੀਦੀ ਹੈ। ਅੱਜ ਜੇ ਪੰਜਾਬ 'ਚ 3600 ਮੌਤਾਂ ਹੋ ਰਹੀਆਂ ਤੇ ਤੁਸੀਂ ਆ ਬੰਦੇ 5 ਬੰਦੇ ਜਿਹੜੇ ਲੈ ਲਓ ਕਿ ਸਟੇਟ ਲੈਵਲ ਦੇ ਆ ਬੰਦੇ ਹੈਡ ਕਰ ਰਹੇ ਨੇ, ਉਹਨਾਂ ਨੂੰ ਅਕਾਊਂਟੇਬਿਲਿਟੀ ਦੇ ਦਿਓ, ਉਹਨਾਂ ਨੂੰ ਅਥਾਰਟੀ ਦੇ ਦਿਓ ਕਿ ਆ ਤੇਰੀ ਵੀ ਅਕਾਊਂਟੇਬਿਲਿਟੀ ਹੈ, ਜੇ ਘਟਨਾ ਹੋਈ ਐਕਸੀਡੈਂਟ ਯੂ ਵਿਲ ਬੀ ਅਕਾਊਂਟੇਬਲ, ਤੇਰੇ ਕੋਲ ਪੂਰੀ ਅਥਾਰਟੀ ਹੈ, ਵਟ ਐਵਰ ਡਿਸੀਜਨ ਯੂ ਵਾਂਟ ਟੂ ਟੇਕ ਯੂ ਟੇਕ ਡਿਸੀਜਨ। ਅਕਾਊਂਟੇਬਿਲਿਟੀ ਦੋਨੋਂ ਤਰਫਾਂ ਹੀ ਹੋਣੀ ਹੈ, ਇੱਕ ਪਾਸੇ ਜਿਹੜੇ ਏਜੰਸੀਜ਼ ਲੱਗੀਆਂ ਹੋਈਆਂ ਨੇ ਉਹਨਾਂ ਦੀ ਅਕਾਊਂਟੇਬਿਲਿਟੀ ਹੋਵੇ, ਉਹਨਾਂ ਕੋਲ ਪੂਰੀ ਅਥਾਰਟੀ ਹੋਵੇ, ਦੂਜੇ ਪਾਸੇ ਜਿਹੜੀ ਪਬਲਿਕ ਹੈਗੀ ਹੈ ਉਹ ਸਹਿਯੋਗ ਦੇਵੇ ਤੇ ਜਿਹੜੀ ਕੀਮਤੀ ਜਾਨਾਂ ਜਿਸ 3600 ਹੈ। ਮੈਂ ਇੱਕ ਪਾਲਿਸੀ ਬਣਾਈ ਸੀ ਜਿਹਦੇ 'ਚ ਮੈਂ ਗਵਰਨਮੈਂਟ ਪੰਜਾਬ ਨੂੰ ਕੀਤੀ ਸੀਗੀ ਪ੍ਰੈਜੈਂਟੇਸ਼ਨ, ਉਹਦੇ 'ਚ ਮੈਂ ਕਿਹਾ ਸੀ ਫਸਟ ਈਅਰ ਸਾਡੀ ਰੋਡ ਸੇਫਟੀ ਕਾਉਂਸਲ ਤੋਂ ਬਾਅਦ ਐਟਲੀਸਟ 33% ਤੇ ਘਟਣ, ਜੇ ਰੋਡ ਸੇਫਟੀ ਕਾਉਂਸਲ ਬਣਾਈਏ ਕੋਈ ਏਮ ਤੇ ਲੈ ਕੇ ਚੱਲੀਏ। ਅਸੀਂ ਗੱਲਾਂ ਕਰੀ ਜਾਂਦੇ, ਸਾਡਾ ਏਮ ਕੋਈ ਹੁੰਦਾ ਨਹੀਂ, ਇਸ ਵਕਤ ਸਿਰਫ ਅਸੀਂ ਹਵਾ 'ਚ ਜੇ ਅਸੀਂ ਡਿਸਕਸ਼ਨ ਵੀ ਕਰਨੇ ਆ ਤੇ ਅਸੀਂ ਸਾਡਾ ਸੀਗਾ ਕਿ ਆਹ ਅਵੇਅਰਨੈਸ ਹੋ ਰਹੀ ਲੋਕਾਂ ਦੇ ਵਿੱਚ ਯਾਰ ਇੰਨੀਆਂ ਮੌਤਾਂ ਹੋ ਰਹੀਆਂ, ਲੇਕਿਨ ਲੋਕਾਂ ਨੂੰ ਜਦੋਂ ਤੱਕ ਅਪੀਲ ਨਹੀਂ ਕਰਾਂਗੇ ਕਿ ਬਈ
ਅਸੀਂ ਘਟਾਣੀ ਹੈਗੀ ਐਕਸੀਡੈਂਟਲ ਡੈਥਸ ਲੈਟ ਅਸ ਟੇਕ ਦੈਟ ਪਲੇਜ ਐਂਡ ਡੂ ਟਾਰਗੇਟਸ ਹੋਣੇ ਚਾਹੀਦੇ ਸਿਰ ਕੌਂਸਲਾਂ ਬਣ ਨਾਲ ਕੁਝ ਨਹੀਂ ਹੋ ਸਕਦਾ ਤੇ ਉਮੀਦ ਕਰਦੇ ਆਂ ਆਉਣ ਵਾਲੇ ਦਿਨਾਂ ਵਿੱਚ ਜਿਹੜੀਆਂ ਰੋਡ ਸੇਫਟੀ ਕਾਉਂਸਲ ਜਾਂ ਜ਼ਿਲ੍ਹਿਆਂ ਦੇ ਲੈਵਲ ਤੇ ਸਟੇਟ ਦੇ ਲੈਵਲ ਤੇ ਬਣੀਆਂ ਹੈਗੀਆਂ ਨੇ ਤੇ ਸਟੇਟ ਗਵਰਨਮੈਂਟਸ ਦੇ ਕੰਸਰਨ ਡਿਪਾਰਟਮੈਂਟਸ ਉਹ ਜ਼ਰੂਰ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੈਗੇ ਨੇ ਤੇ ਵੱਡੀ ਇਸ਼ੂ ਹੈਗਾ ਰਿਸਪੋਂਸੀਬਿਲਿਟੀ ਅਕਾਊਂਟੇਬਿਲਿਟੀ ਫਿਕਸ ਕਰਨ ਦੀ ਜਦੋਂ ਫਿਕਸ ਹੋਣੀ ਸ਼ੁਰੂ ਹੋ ਜਾਏਗੀ ਆਪਣੇ ਆਪ ਬਹੁਤ ਇੱਕ ਕਲਚਰ ਦੇ ਵਿੱਚ ਬਿਹੇਵੀਅਰ ਦੇ ਵਿੱਚ ਇੱਕ ਪੈਟਰਨ ਦੇ ਵਿੱਚ ਚੇਂਜ ਦੇਖਣ ਨੂੰ ਮਿਲੇਗਾ ਲੇਕਿਨ ਅਜੇ ਤੱਕ ਤਾਂ ਸੈਂਸਿਟਾਈਜੇਸ਼ਨ ਦਾ ਪ੍ਰੋਸੈਸ ਚੱਲ ਰਿਹਾ ਪਹਿਲਾਂ ਹਾਲੇ ਤੱਕ ਤਾਂ ਅਸੀਂ ਸਿਰਫ ਇਸਤੀਫੇ ਰੇਲ ਮੰਤਰੀਆਂ ਤੋਂ ਹੀ ਮੰਗਣ ਜੋਗੇ ਹਾਂ ਕਦੀ ਰੋਡ ਸਰਫੇਸ ਟਰਾਂਸਪੋਰਟ ਜਾਂ ਟਰਾਂਸਪੋਰਟ ਮੰਤਰੀਆਂ ਤੋਂ ਅਸੀਂ ਕਦੀ ਇਸਤੀਫੇ ਨਹੀਂ ਮੰਗੇ ਇਨਸਪਾਇਟ ਆਫ ਦ ਫੈਕਟ ਵੀ ਅਸੀਂ ਲੱਖਾਂ ਜਾਨਾਂ ਆਪਣੀ ਸੜਕਾਂ ਤੇ ਗਵਾ ਦਿੰਦੇ ਹਾਂ ਉਮੀਦ ਕਰਾਂਗੇ ਇਸ ਗੱਲਬਾਤ ਦੇ ਜ਼ਰੀਏ ਕੁਝ ਆਸਪੈਕਟ ਸੜਕਾਂ ਨਾਲ ਜੁੜੇ ਹਾਦਸਿਆਂ ਦੇ ਬਾਰੇ ਤੁਸੀਂ ਨਵੇਂ ਜ਼ਰੂਰ ਜਾਣ ਪਾਏ ਹੋਗੇ ਫੀਡਬੈਕ ਐਟ ਪੀਟੀਸੀ ਨੈਟਵਰਕ ਡੋਟ ਟੀਵੀ ਸਾਡਾ ਈਮੇਲ ਆਈਡੀ ਹੈ ਸਾਨੂੰ ਮੇਲ ਬੈਕ ਆਪਣੀ ਫੀਡਬੈਕ ਜ਼ਰੂਰ ਕਰੋ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਪੈਨਲਿਸਟਾਂ ਦਾ ਜਿਹੜੇ ਕਿ ਸਾਡੇ ਨਾਲ ਆਏ ਵਿਚਾਰ ਸਾਂਝੇ ਕੀਤੇ ਲੈਣੇ ਤੁਹਾਡੇ ਤੋਂ ਇਜਾਜ਼ਤ ਪੀਟੀਸੀ ਨਿਊਜ਼ ਤੇ ਬਣੇ ਰਹੋ ਖਬਰਾਂ ਦਾ ਸਿਲਸਿਲਾ ਜਾਰੀ ਹੈ ਧੰਨਵਾਦ